ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਕੰਮ ਕਰਦੇ ਗਵਾਂਡੇ ਸੂਬਿਆਂ ਦੇ ਵਸਨੀਕਾਂ ਨੂੰ ਵੋਟ ਪਾਉਣ ਦੇ ਲਈ ਮਿਲੇਗੀ ਪੇਡ ਛੁੱਟੀ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਪੰਜਾਬ ਦੇ ਵਿੱਚ ਕੰਮਕਾਰੇ ਗਵਾਂਢੀ ਰਾਜਾਂ ਦੇ ਵਸਨੀਕਾਂ ਨੂੰ ਲੋਕ ਸਭਾ ਚੋਣਾਂ ਦੇ ਲਈ ਵਿਸ਼ੇਸ਼ ਛੁੱਟੀ ਦੇਣ ਦਾ ਐਲਾਨ ਕੀਤਾ ਗਿਆ ਹੈ ਸਤਹ ਤਾ ਜੰਮੂ ਕਸ਼ਮੀਰ ਅਤੇ ਰਾਜਸਥਾਨ ਦੇ ਵੋਟਰਾਂ ਦੇ ਲਈ 19 ਅਪ੍ਰੈਲ ਅਤੇ ਹਿਮਾਚਲ ਪ੍ਰਦੇਸ਼ ਅਤੇ ਯੂਟੀ ਚੰਡੀਗੜ੍ਹ ਦੇ ਵੋਟਰਾਂ ਦੇ ਲਈ 1 ਜੂਨ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਮੁੱਖ ਚੋਣ ਆਫਸਰ ਸਿਬਨ ਸੀਨ ਨੇ ਦੱਸਿਆ ਕਿ ਜੇਕਰ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ ਬੋਰਡਾਂ ਨੈਗਮਾ ਤੇ ਸਰਕਾਰੀ ਵਿਦਿਆਕਾ ਅਧਾਰਨ ਵਿੱਚ ਕੰਮ ਕਰਦੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਚੋਂ ਕੋਈ Rajasthan ਤੇ Jammu Kashmir ਦਾ ਬੋਟਰ ਆ ਤਾਂ ਉਹ ਵੋਟਾ ਪਾਉਣ ਦੇ ਲਈ ਆਪਣਾ ਵੋਟਰ ਕਾਰਡ ਬਣਾ ਸਕਦਾ ਹੈ ਤੇ ਉਸ ਨੂੰ ਪੇਸ਼ ਕਰਕੇ ਉਹ ਸਬੰਧਤ ਅਥਾਰਟੀ ਤੋਂ 19 April ਦੀ ਵਿਸ਼ੇਸ਼ ਛੁੱਟੀ ਲੈ ਸਕੇਗਾ। ਅਮਰ ਸਰਦ ਬੈਚਾ ਦਿਨ ਚੜਦੇ ਹੋਇਆ ਤੀਰਾ ਕਤਲ ਭਰਾ ਨਹੀਂ ਉਜਾੜਿਆ ਭਰਾ ਦਾ ਪਰਿਵਾਰ। ਜਿਲ੍ਹਾ ਅਮਰitsar ਦੇ ਪੈਂਡਾ ਕੰਦੋਵਾਲੀਆ ਦੇ ਵਿਚ ਦਿਨ ਚੜ੍ਹਦੇ ਤੀਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਮਿਲੀ ਜਾਣਕਾਰੀ ਦੇ ਅਨੁਸਾਰ ਵਿਅਕਤੀ ਨੇ ਆਪਣੀ ਹੀ ਮਾਂ ਪਰਜਾਈ ਅਤੇ ਭਤੀਜੇ ਦਾ ਕਤਲ ਕਰ ਦਿੱਤਾ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਖੋਦੀ ਥਾਣੇ ਪਹੁੰਚ ਗਿਆ ਦੱਸਿਆ ਜਾ ਰਿਹਾ ਹੈ ਕਿ ਕਾਤਲ ਦਾ ਭਰਾ ਦੁਬਈ ਦੇ ਵਿਚ ਰਹਿ ਰਿਹਾ ਜਦਕਿ ਉਹਦਾ ਪਰਿਵਾਰ ਅਮਰitsar ਦੇ ਵਿਚ ਰਹਿੰਦਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਕਤਲ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ ਕਾਤਲ ਦੀ ਪਛਾਣ 35 ਸਾਲਾ ਅਮਰਤਾ ਪਾਲ ਸੰਗਵਾਸੀ ਕੰਦੋਵਾਲੀਆ ਕਸਬਾ ਅੱਜ ਨਾਲਾਬੱਜ ਹੋਈ ਆ ਰਾਤ ਸਮੇਂ ਮੁਲਜ਼ਮ ਨੇ ਆਪਣੀ ਮਾਂ ਮਨਵੀਰ ਕੌਰ ਪਰਜਾਈ ਅਵਨੀਤ ਕੌਰ ਅਤੇ ਭਤੀਜੇ ਸਮਰਥ ਦਾ ਕਤਲ ਕਰ ਦਿੱਤਾ ਦੱਸਿਆ ਜਾਂਦਾ ਹੈ ਕਿ ਜਿਸ ਸਮੇਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਸਮੇਂ ਮੁਲਜ਼ਮ ਦੀ ਮਾਂ ਬਾਹਰ ਬਰਾਂਡੇ ਦੇ ਵਿੱਚ ਸੁੱਤੀ ਹੋਈ ਸੀ ਜਦਕਿ ਅਵਨੀਤ ਕੌਰ ਅਤੇ ਸਮਰਥ ਇੱਕ ਕਮਰੇ ਦੇ ਵਿੱਚ ਸੌ ਰਹੇ ਸਨ ਜਿਸ ਤਰ੍ਹਾਂ ਕਤਲ ਨੂੰ ਅੰਜਾਮ ਦਿੱਤਾ ਗਿਆ ਉਸ ਗੱਲ ਤੋਂ ਪਤਾ ਲੱਗਦਾ ਹੈ ਕਿ ਉਸਨੇ ਸੌਰੀ ਮਾਤੇ ਹਮੜਾ ਕੀਤਾ ਸੀ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੋ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਉਹਨਾਂ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਮੂਸਵਾਲਾ ਦੇ ਪਿਤਾ ਬਲਕੌਰ ਸੰਘਾ ਲੜਨਗੇ ਚੋਣ ਪੰਜਾਬੀ ਗਾਇਕ ਸਦਮੂਸਵਾਲਾ ਦੇ ਪਿਤਾ ਬਲਕੌਰ ਸੰਘਾ ਲੋਕ ਸਭਾ ਚੋਣਾਂ ਤੋਂ ਆਪਣਾ 86 ਸਫਰ ਸ਼ੁਰੂ ਕਰ ਸਕਦੇ ਹਨ ਉਹਨਾਂ ਦੇ ਕਾਂਗਰਸ ਦੇ ਟੈਗਟ ਤੇ ਚੋਣਾਂ ਲੜਨ ਦੀ ਚਰਚਾ ਹੈ ਇਸ ਦੇ ਲਈ ਕਾਂਗਰਸ ਸਹਾਇਕ ਕਮਾਂਡ ਨੇ ਉਹਨਾਂ ਨੂੰ ਮਨਾ ਲਿਆ ਹੈ ਹਾਲ ਕੀਤੇ ਬੈਚਾਂ ਉਹਨਾਂ ਨੇ ਆਪਣੀ ਅਵੇਲੇਬਲ ਬੈਚਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਖੌਦਾ ਰਾਜਨੀਤਿਕ ਦੇ ਬੈਚ ਆਉਣ ਦੀ ਗੱਲ ਕਹੀ ਸੀ ਕਾਂਗਰਸ ਬਲਕਾਰ ਸੰਗ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਅਮੀਰ ਬਾੜ ਬਣਾ ਸਕਦੇ ਆ ਜਾਣਕਾਰ ਦੇ ਅਨੁਸਾਰ ਹੁਣ ਜਦੋਂ ਕਿ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸੰਸਾਰ ਦੇ ਵਿੱਚ ਆ ਗਿਆ ਤੇ ਚਰਨ ਕੌਰ ਨੂੰ ਵੀ ਛੁੱਟੀ ਮਿਲ ਗਿਆ ਤਾਂ ਬਲਕੌਰ ਸਿੰਘ ਦਾ ਚੋਣਾ ਸਫਰ ਸ਼ੁਰੂ ਕਰਨ ਦੇ ਲਈ ਤਿਆਰ ਹਨ ਹਾਲਾਂਕਿ ਕਾਂਗਰਸ ਜਾਂ ਮੂਸੇਵਾਲਾ ਦੇ ਪਰਿਵਾਰ ਨੇ ਇਸ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਹੈ। ਕਰੀਬਾ 2 ਮਹੀਨੇ ਪਹਿਲਾਂ ਸੁਧਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਿਆਸਤ ਵਿੱਚ ਚੋਣ ਦੀ ਗੱਲ ਕਹੀ ਸੀ ਬਿਲਲ ਵਿੱਚ ਮੂਸੇਵਾਲਾ ਦੇ ਪ੍ਰਸ਼ੰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਸੀ ਕਿ ਜੇਕਰ ਅਸੀਂ ਰਾਜਨੀਤਿਕ ਵਿੱਚ ਅੱਗੇ ਤਾਂ ਕਹਿਣਗੇ ਕਿ ਸੁਧਮੂਸੇਵਾਲਾ ਦਾ ਪਿਤਾ ਰਾਜਨੀਤੀ ਕਰਦਾ ਹੈ ਵੱਡੇ ਲੀਡਰ ਦੇ ਆਕਾਲੀ ਦਲ ਦੇ ਵਿੱਚ ਹੋਵੇਗੀ ਘਰ ਵਾਪਸਿਆ ਆਕਾਲੀ ਪਾਏ ਪਾ ਗੱਠ ਜੋੜਾ ਨਾ ਹੁਣ ਕਾਰਨ ਲਿਆ ਗਿਆ ਫੈਸਲਾ ਸ਼੍ਰੋਮਣੀ ਆਕਾਲੀ ਦਲ ਦੇ ਪ੍ਰਧਾਨ ਸੁਖਬੀਰਾ ਸਿੰਘ ਬਾਦਲ ਅੱਜ ਲੁਧਿਆਣਾ ਪਹੁੰਚ ਰਹੇ ਹਨ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ ਤੋਂ ਬਾਅਦ ਹੁਣ ਸਾਬਕਾ ਕੈਬਨਟ ਮੰਤਰੀ ਅਤੇ ਟਕਸਾਲੀਆ ਆਕਾਲੀ ਆਗੂ ਜਗਦੀਸ਼ ਸਾਧ ਸੰਗ੍ਹਾ ਗਰਚਾ ਨੇ 4 ਸਾਲਾਂ ਦੇ ਲੰਬੇ ਵਕਵੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬੈਚਾ ਘਰ ਵਾਪਸੀ ਦਾ ਫੈਸਲਾ ਲਿਆ ਹੈ ਅੱਜ ਗਰਚਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਦੇ ਵਿੱਚ ਆਪਣੀ ਵਾਪਸੀ ਦਾ ਐਲਾਨ ਕਰਨਗੇ ਅਸੀਂ ਸਾਲਾ ਗਰਚਾ ਨੇ ਚੋਣਾਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਪਰ ਪਾਰਟੀ ਦੇ ਮਜ਼ਬੂਤੀ ਦੇ ਲਈ ਕੰਮ ਕਰਨਗੇ ਹਾਲਾਂਕਿ ਗਰਚਾ ਤੇ ਭਾਈ ਮੁਹਕਮ ਸਿੰਘ ਮਨਜੀਤ ਸਿੰਘਾ ਪੂਮਾ ਸਮੇਤ ਹੋਰ ਆਕਾਲੀ ਯੂਨਾਈਟਿਡ ਆਗੂਆਂ ਨੇ ਇਸ ਸਾਲ ਮਾਰਚ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਆਕਾਲੀ ਦਲ ਦੇ ਵਿੱਚ ਪਾਰਟੀ ਦੇ ਰਲੇਵੇਂ ਦਾ ਐਲਾਨ ਕਰਨ ਦੇ ਲਈ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਵਿਰੋਧ ਕੀਤਾ ਸੀ ਉਹਨਾਂ ਢੀਂਡਸਾ ਤੇ ਪਾਰਟੀ ਦੇ ਹਿੱਤ ਵਿੱਚੰਦਾ ਦੋਸ਼ ਵੀ ਲਾਇਆ ਪੀਪਐਫਾ ਖਾਤਾ ਧਾਰਕਾਂ ਦੇ ਲਈ ਜ਼ਰੂਰੀ ਖਬਰਾਂ 5 ਅਪ੍ਰੈਲ ਤੋਂ ਪਹਿਲਾਂ ਪੂਰਾ ਕਰੋ ਇਹ ਕੰਮ ਨਹੀਂ ਤਾਂ ਹੋ ਜਾਵੇਗਾ ਲੱਖਾਂ ਦਾ ਨੁਕਸਾਨ ਜੇਕਰ ਤੁਸੀਂ ਬੀ ਪੀ ਪੀ ਐਫ ਦੇ ਵਿੱਚ ਨਿਵੇਸ਼ ਕਰਦੇ ਹੋ ਤਾਂ 5 ਅਪ੍ਰੈਲ ਦੀ ਤਾਰੀਖ ਆ ਤੁਹਾਡੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਦਰਅਸਲ ਬਿਤੇ ਸਾਲ 2024-25 ਸ਼ੁਰੂ ਹੋ ਗਿਆ ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਇਸ ਸਬਿੱਤੇ ਸਾਲ ਦੇ ਲਈ ਵਿੱਤ ਅਤੇ ਟੈਕਸ ਜੋਇਨਾ ਬੰਦੇ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸਮਾਂ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਹਾਲਾਂਕਿ ਟੈਕਸ ਬਚਾਉਣ ਦੇ ਲਈ ਮਾਰਕੀਟ ਦੇ ਵਿੱਚ ਬਹੁਤ ਸਾਰੇ ਵਿਕਲਪ ਉਪਲਬਧ ਹਨ ਪੀ ਪੀ ਐਫ ਨੂੰ ਹਜੇ ਵੀ ਇੱਕ ਸੁਰੱਖਤਾ ਨਿਵੇਸ਼ ਬਜੋ ਦੇਖਿਆ ਜਾਂਦਾ ਪੀਪੀਐਫ ਐਕ ਸਕੀਮ ਹੈ ਜਿਹਦੇ ਵਿੱਚ ਤੁਹਾਨੂੰ ਟੈਕਸ ਬਚਤ ਦੇ ਨਾਲ ਉੱਚਾ ਵਿਆਜ ਦਰਾਂ ਦਾ ਲਾਭ ਮਿਲਦਾ ਪੀਪੀਐਫ ਸਕੀਮ ਦੇ ਵਿੱਚ 5 April ਦੀ ਤਾਰੀਖ ਬਹੁਤ ਮਹੱਤਵਪੂਰਨ ਹੈ ਜੇਕਰ ਤੁਸੀਂ 5 April ਦੀ ਤਾਰੀਖ ਮਿਸ ਕਰਦੇ ਹੋ ਤਾਂ ਤੁਹਾਨੂੰ ਲੱਖ ਰੁਪਏ ਦਾ ਨੁਕਸਾਨ ਹੋ ਸਕਦਾ ਹੈ 5 April ਕਿਉਂ ਹੈ ਜ਼ਰੂਰੀ ਜੇਕਰ ਤੁਸੀਂ ਹਰ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ 5 April ਤੱਕ ਪੀਪੀਐਫ ਸਕੀਮ ਦੇ ਵਿੱਚ ਇੱਕ ਮੁੱਠਾ ਪੈਸਾ ਨਵੇਸ਼ ਕਰਦ ਤੁਹਾਨੂੰ ਸਭ ਤੋਂ ਵੱਧ ਵਿਆਜ ਦਰ ਦਾ ਲਾਭ ਮਿਲਦਾ ਹੈ ਪੀਪੀਐਫਾ ਖਾਤੇ ਵਿੱਚ ਹਰ ਮਹੀਨੇ ਦੀ 5 ਤਰੀਕ ਨੂੰ ਵਿਆਜ ਦੀ ਗਣਨਾ ਕੀਤੀ ਜਾਂਦੀ ਹੈ ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਹਰ ਵਿੱਤੀ ਸਾਲ ਦੀ ਸ਼ੁਰੂਆਤ ਦੇ 5 April ਤੱਕ ਇੱਕ ਮਾਸਤ ਰਕਮ ਜਮ੍ਹਾਂ ਕਰਵਾਉਂਦੇ ਹੋ ਤਾਂ ਤੁਹਾਨੂੰ ਪੂਰੇ ਮਹੀਨੇ ਦੇ ਲਈ ਵਿਆਜ ਦਾ ਲਾਭ ਮਿਲੇਗਾ ਸਰਕਾਰ ਪੀਪੀਐਫਾ ਖਾਤੇ ਵਿੱਚ ਜਮ੍ਹਾਂ ਰਕਮੀ ਤੇ 7.1% ਦੀ ਦਰ ਦੇ ਨਾਲ ਵਿਆਜ ਦਾ ਲਾਭ ਦੇ ਰਹੀ ਹੈ ਜੇਕਰ ਕੋਈ ਵਿਅਕਤੀ ਹਰ ਮਹੀਨੇ ਲਈ 5 ਤਰੀਕ ਤੱਕ ਨਿਵੇਸ਼ ਕਰਦੇ ਹੋ ਤਾਂ ਉਸ ਨੂੰ ਜਮਾ ਰਕਮ ਤੇ ਪੂਰੇ ਵਿਆਜ ਦਾ ਲਾਭ ਮਿਲਦਾ ਹੈ ਤੇ ਨਾਲੇ ਜੇਕਰ ਤੁਸੀਂ 5 ਤਰੀਕ ਤੋਂ ਬਾਅਦ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 5 ਤੋਂ ਲੈ ਕੇ 30 ਤਰੀਕ ਦੇ ਵਿੱਚ ਕਰ ਸਭ ਤੋਂ ਘੱਟ ਬੈਲੈਂਸ ਤੇ ਹੀ ਵਿਆਜ ਦਾ ਲਾਭ ਮਿਲੇਗਾ ਅਜਿਹੀ ਸਥਿਤੀ ਵਿੱਚ ਤੁਹਾਨੂੰ ਉਸ ਮਹੀਨੇ ਵਿਆਜ ਦਾ ਨੁਕਸਾਨ ਹੋ ਸਕਦਾ ਹੈ ਅਗਲੀ ਖਬਰ ਡਾਂਸਰ ਸਿਮਰਨ ਦਾ ਮਾਮਲਾ ਪਹੁੰਚਿਆ ਮਹਿਲਾ ਕਮਿਸ਼ਨ ਦੇ ਕੋਲ ਹੁਣ ਡੀਐਸਪੀ ਪਦਰਤੇ ਹੋਵੇਗੇ ਜਾਂਚ ਇੱਕ ਹਫ਼ਤੇ ਦੇ ਬਾਅਦ ਚ ਮੰਗੀ ਰਿਪੋਰਟ ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਦੁਗਰੀ ਇਲਾਕੇ ਦੇ ਰਹਿਣ ਵਾਲੇ ਡਾਂਸਰ ਸਿਮਰਨ ਸੰਧੂ ਚਾਰ ਚਾਰ ਬੱਚਾ ਬਣੀ ਹੋਈ ਆ ਉਹਦਾ ਡੀਐਸਪੀ ਦੇ ਰੀਡਰ ਦੇ ਨਾਲ ਝੜਪ ਵਾਲਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋਇਆ ਤੇ ਸੁਰਕੀਆਂ ਦੇ ਵਿੱਚ ਚ ਰਿਹਾ ਹੁਣ ਇਹ ਮਾਮਲਾ ਪੰਜਾਬ ਮਹਿਲਾ ਕਮਿਸ਼ਨ ਦੇ ਕੋਲ ਆ ਪਹੁੰਚ ਗਿਆ ਤੇ ਉਹਨਾਂ ਨੇ ਸੋ ਮੋਟੋ ਨੋਟਾਸਾ ਜਾਰੀ ਕੀਤਾ ਕੰਨਾ ਦੇ ਐਸਐਸਪੀ ਨੂੰ ਇਸ ਮਾਮਲੇ ਦੇ ਵਿੱਚ ਡੀਐਸਪੀ ਪੱਧਰ ਤੇ ਜਾਂਚ ਕਰਕੇ ਰਿਪੋਰਟ ਦੇਣ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਹੈ। ਇਹਨਾਂ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਦੂਜੇ ਪਾਸੇ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਜੇ ਤੱਕ ਮਹਿਲਾ ਕਮਿਸ਼ਨ ਦੇ ਵੱਲੋਂ ਨੋਟਿਸ ਨਹੀਂ ਮਿਲਿਆ ਹੈ। ਨੋਟਾਸ ਮਿਲਣ ਤੇ ਤੁਰੰਤ ਰਿਪੋਰਟ ਪੇਸ਼ ਕੀਤੀ ਜਾਵੇਗੀ ਇਸ ਮਾਮਲੇ ਦੇ ਵਿੱਚ ਸਮਰਾਲਾ ਪੁਲਿਸ ਨੇ। ਜਗਰੂਪਾ ਸਿੰਘ ਔਰ ਭਾਜੂਪਾ ਬਾਸੇ ਪਿੰਡ ਐ ਰਾਨਮਾ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਸਿਮਰਨ ਨੇ ਦੋ ਸ਼ਲਾਹਕ ਦੇ ਮੁਲਜ਼ਮਾਂ ਦੇ ਖਿਲਾਫ ਹਲਕੇ ਧਰਾਮਾਂ ਲਗਾਈਆਂ ਗਈਆਂ ਹਨ। ਅਗਲੀ ਖਬਰ ਰਵਨੀਤਾ ਬਿੱਟੂ ਦੇ ਖਿਲਾਫ ਤਿੰਨ ਕੇਸ ਦਰਜ ਬੀਜੇਪੀ ਨੇ ਸੋਸ਼ਲ ਮੀਡੀਆ ਤੇ ਜਾਰੀ ਕੀਤਾ ਬੇਰਬਾ। ਲੁਧਿਆਣਾ ਤੋਂ ਪਾਇਪਾ ਮੀਰਬਾ ਰਵਨੀਤਾ ਸਿੰਘ ਬਿੱਟੂ ਦੇ ਖਿਲਾਫ ਤਿੰਨ ਕੇਸ ਦਰਜ ਹਨ ਅਸ ਖਿਲਾਫ ਲੁਧਿਆਣ ਦੇ ਵਿੱਚ ਦੋ ਕੇਸ ਦਰਜ ਹਨ ਜਦਕੇ ਇੱਕ ਕੇਸ ਬਟਿੰਡਾ ਦੇ ਵਿਚ ਜਾਂ ਦਰਜਾ ਲੁਧਿਆਣਾ ਦੇ ਵਿਚ ਇੱਕ ਥਾਣਾ ਲਾਡੋਬਾਲਾ ਤੇ ਦੂਜਾ ਥਾਣਾ ਸਬ ਡਿਵੀਜ਼ਨ 1 ਦੇ ਵਿਚ ਦਰਜਾ ਜਾਂਦ ਕੇ ਤੀਜਾ ਮਾਮਲਾ ਥਾਣਾ ਸਿਬਲ ਲਾਈਨ ਬਟਿੰਡਾ ਵਿਖੇ ਦਰਜਾ ਉਹਨਾਂ ਦੇ ਖਿਲਾਫ ਹਜੇ ਤੱਕ ਕਿਸੇ ਵੀ ਮਾਨੁਲ ਦੇ ਵਿਚ ਦੋਸ਼ਾਤ ਨਹੀਂ ਕੀਤੇ ਗਏ ਹਨ ਇਹ ਜਾਣਕਾਰੀ ਭਾਰਤ ਜਨਤੇ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਫੇਸਬੁੱਕ ਤੇ ਸਾਂਝੀ ਕੀਤੀ ਹੈ ਅਗਲੀ ਖਬਰ ਅਗੂ ਸਰਵੇਚਾਇਕ ਕਿਸਾਨਾਂ ਨੇ ਕਨੌਰ ਮੰਡੀ ਨੂੰ ਲਗਾਇਆ ਤਾਲਾ ਸਰੂੰ ਦੇ ਖਰੀਦ ਨੂੰ ਲੈ ਕੇ ਕਿਸਾਨਾਂ ਨੇ ਇੱਕ ਵਾਰ ਫਿਰ ਅਧਿਕਾਰੀਆਂ ਅਤੇ ਸਰਕਾਰ ਦੇ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ ਕਿਸਾਨਾਂ ਨੇ ਸਰੋਂ ਅਤੇ ਕਣਕ ਦੀ ਗਲਤ ਖਰੀਦਾ ਦੋਸ਼ ਲਾਉਂਦਾ ਕਨੌਰ ਮੰਡੀ ਨੂੰ ਤਾਲਾ ਲਗਾ ਦਿੱਤਾ ਉਹਨਾਂ ਅਧਿਕਾਰੀਆਂ ਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਕਿਸਾਨਾਂ ਦਾ ਇਲਜ਼ਾਮ ਹੈ ਕਿ ਜਸਪੂਰਟਲ ਤੇ ਅਰਿਆਟ੍ਰੇਸ਼ਨਾ ਕੀਤੀ ਜਾਂਦੇ ਆ ਇਸ ਤੇ ਵੀ ਅਧਿਕਾਰੀ ਧੂਕਾ ਧੜੀ ਕਰ ਰਹੇ ਹਨ ਤੇ ਉਹਨਾਂ ਅਧਿਕਾਰੀਆਂ ਤੇ ਸਰੰਦੇ ਖਰੀਦ ਦੇ ਵਿੱਚ ਵੀ ਕਪੜਾ ਕਰਨ ਦਾ ਦੋਸ਼ ਲਗਾਇਆ ਹੈ ਕਿਸਾਨਾਂ ਦਾ ਕਹਿੰਦੇ ਕਿ ਸਰਕਾਰ ਅਤੇ ਅਧਿਕਾਰੀ ਇਸ ਮਾਮਲੇ ਨੂੰ ਜਲਦੀ ਹੱਲ ਕਰਨ ਨਹੀਂ ਤਾਂ ਕਿਸਾਨ ਆਰ ਪਾਰ ਦੀ ਲੜਾਈ ਤੋਂ ਪਿੱਛੇ ਨਹੀਂ ਹਟਣਗੇ ਕੇਰੀਬਾਲ ਨੇ ਆਪਣੀ ਪਤਨੀ ਦੇ ਮੁੱਖ ਮੰਤਰੀ ਬਣ ਦਾ ਰਾ ਕੀਤਾ ਪਦਰਾ ਦਿੱਲੀ ਦੇ ਪਾਇਪਾ ਦੇ ਪ੍ਰਧਾਨ ਬਰਿੰਦਰ ਸੱਚ ਦੇਵਾ ਤੇ ਸਾਬਕਾ ਸੂਬਾ ਪ੍ਰਧਾਨ ਮਨੋਜਾ ਤਵਾੜੀ ਨੇ ਕੱਲ੍ਹ ਉੱਤੇ ਸਾਂਝੀ ਪ੍ਰੈਸ ਕਾਨਫਰੰਸ ਕਰਦਿਆਂ ਕਹਿ ਕੇ ਜਿਲ੍ਹ ਜਾਣ ਤੋਂ ਪਹਿਲਾਂ ਅਰਵਿੰਦਾ ਕੇਰੀਬਾਲ ਨੇ ਮਨੀਸ਼ ਸਸੋਧਿਆ ਆਤਿਸ਼ਯ ਤੇ ਸਰਬਾ ਭਾਰਤਵਾਦੀ ਤੇ ਦੋਸ਼ ਲਗਾ। ਸੁਨੀਤਾ ਭਾਬੀ ਦੇ ਮੁੱਖ ਮੰਤਰੀ ਬਣ ਦਾ ਰਾਹ ਸਾਫ ਕੀਤਾ ਉਹਨਾਂ ਮੀਡੀਆ ਮੁਖੀ ਪ੍ਰਵੀਨਾ ਸ਼ੰਕਰ ਕਪੂਰ ਨੇ ਕਹਿ ਕੇ ਕੱਲ ਤੋਂ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਚਿਹਰੇ ਅਤੇ ਜ਼ੁਬਾਨਾਂ ਇੱਕ ਦੂਜੇ ਦਾ ਸਾਥ ਨਹੀਂ ਦੇ ਰਿਹਾ। ਸ੍ਰੀ ਸੱਚ ਦੇਵਾ ਨੇ ਕਹਿ ਕੇ ਇੱਕ ਕਵਿਤਾ ਕਿ ਜੇ ਨਕੇਲਾ ਕਸ ਲਈ ਜਵਤਾ ਝੂੜ ਦੇ ਗਵਾਰੇ ਫੜ ਜਾਂਦੇ ਹਨ ਤੇ ਅੱਜ ਆਮ ਆਦਮੀ ਪਾਰਟੀ ਦਾ ਇਹੀ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵਿੱਚੋਂ ਸ਼੍ਰੀਮਤੀ ਸੁਨੀਤਾ ਕੇਰੀਬਾਲ ਨੂੰ ਕੋਈ ਪਰਵਾਹ ਨਹੀਂ ਆਤ ਤੇ ਅਦਲੀ ਕੇਜਰੀਬਾਲ ਪਾਰਟੀ ਦੇ ਸਾਰੇ ਅਹਿਮ ਆਗੂ ਸ਼ੱਕ ਦੇ ਕਿਰੇ ਦੇ ਬਚਨ ਅਰਵਿੰਦਾ ਕੇਰੀਬਾਲ ਦੇ ਬੁੱਲ ਆਪਣੇ ਬਿਆਨ ਦੇ ਵਿੱਚ ਆਤਿਸ਼ ਅਤੇ ਸੌਰਭ ਭਾਰਤਵਾਦ ਦੋਮਾ ਦਾ ਨਾਂ ਲੈਣ ਕਾਰਨ ਇੱਕ ਪਾਸੇ ਉਹ ਨਿਰਾਸ਼ ਅਤੇ ਕਬਰਾਏ ਹੋਏ ਅਤੇ ਦੂਜੇ ਪਾਸੇ ਸ਼੍ਰੀਮਤੀ ਸੁਨੀਤਾ ਨੇ ਮੀਡੀਆ ਦੇ ਸਾਹਮਣੇ ਆਪਣੇ ਆਪ ਨੂੰ ਪਾਰਟੀ ਯਾਨੀ ਕਿ ਆਪ ਪਾਰਟੀ ਦਾ ਆਗੂ ਐਲਾਨ ਦਿੱਤਾ ਹੈ ਤਾਈਵਾਨ ਤੋਂ ਬਾਅਦ ਪਚਾਲ ਦੇ ਝਟਕਿਆਂ ਦੇ ਨਾਲ ਹਿੱਲਿਆ ਜਾਪਾਨ ਜਪਾਨ ਦੇ ਹੁਨਸ਼ੂ ਦੇ ਉਤਰੀ ਤੱਟ ਤੇ ਵੀਰਵਾਰ ਸਵੇਰੇ 6.31 ਵਰਤਾਰ ਦਾ ਵੱਡਾ ਪਚਾਲਾ ਨੈਸ਼ਨਲ ਸੈਂਟਰ ਆਫ ਸਿਸਮੋਲੋਜੀ ਨੇ ਇਹ ਜਾਣਕਾਰ ਦਿੱਤੀ ਹੈ ਜਪਾਨ ਦੇ ਵਿੱਚ ਆਪਚਾਲ ਦੀ ਡੰਗਾਈ 55 ਕਿਲੋਮੀਟਰ ਸੀ ਜੋ ਕਿ ਜਪਾਨ ਦੇ ਵਿੱਚ ਆ ਭਾਰਤੀ ਸਮੇਂ ਦੇ ਅਨੁਸਾਰ ਸਵੇਰੇ 8:46 ਮਿੰਟ ਤੇ ਆਇਆ ਤੇ ਇਸ ਘਟਨਾ ਨੇ ਵਿੱਚ ਹਜੇ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਇਹ ਪਚਾਲ ਤਾਈ ਬੰਦ ਦੇ ਵਿੱਚ ਆਏ ਭਿਆਨਕ ਪਚਾਲ ਤੋਂ ਬਾਅਦ ਆਏ ਤੇ ਜਦ ਦੇ ਵਿੱਚ ਹੁਣ ਤੱਕ ਕੁੱਲ 9 ਲੋਕਾਂ ਦੀ ਮੌਤ ਹੋ ਚੁੱਕੀ ਹੈ